ਜਿਸ ਦਿਨ ਖੁੱਲਾ ਸਮਾਂ ਹੋਵੇ ਨਾ ਸੈਲਫੀ ਖਿੱਚਣ ਦਾ, ਉਦੋਂ ਇੱਕ ਵੀ ਚੱਜਦੀ ਨਹੀਂ ਆਉਂਦੀ। ਚਾ ਰੱਖ ਦੇ ਇੱਥੇ, ਪੀ ਲੈਣੀ ਆ। ਤੇਰਾ ਫੋਨ ਵੱਜੀ ਜਾਂਦਾ, ਸੁਣਦੀ ਨੀ? ਵੱਜੀ ਜਾਣਦੇ, ਕੀ ਪਤਾ ਕੋਈ ਜ਼ਰੂਰੀ ਫੋਨ ਹੋਵੇ। ਕੋਈ ਜ਼ਰੂਰੀ ਕੰਮ ਨਹੀਂ ਹੈ ਮੈਨੂੰ, ਵੱਜੀ ਜਾਣਦੇ। ਇਹ ਤਾਂ ਫੋਨ ਵੱਲ ਵੇਖਦੀ ਵੀ ਨਹੀਂ ਪਈ, ਪੱਕਾ ਮੇਰੇ ਤੋਂ ਨਾ ਲੁਕੋ ਕੇ ਦੁਬਾਰਾ ਫੋਨ ਕਰੂਗੀ। ਤੂੰ ਫੋਨ ਚੱਕਦੀ ਕਿਉਂ ਨਹੀਂ ਵੀ? ਹੋ ਸਕਦਾ ਕੋਈ ਜ਼ਰੂਰੀ ਫੋਨ ਹੋਵੇ। ਮੈਂ ਕਿਹਾ ਨਾ, ਮੇਰੇ ਲਈ ਕੋਈ ਫੋਨ ਜ਼ਰੂਰੀ ਨਹੀਂ। ਦੇਖ ਲੈ, ਹੋ ਸਕਦਾ ਤੇਰੇ ਜੋੜੀਦਾਰਾਂ ਦਾ ਫੋਨ ਹੋਵੇ। ਵੈਸੇ ਵੀ ਕੰਮ ਦੀਆਂ ਗੱਲਾਂ ਹੀ ਕਰਦੇ ਨੇ ਨਾ ਫੋਨ ਤੇ। ਖੇੜਾ ਕੰਮ ਤੇ ਖੇੜੀਆਂ ਗੱਲਾਂ। ਪੱਕਾ ਸੋਚ ਲੈ ਕਿ ਤੂੰ ਹੁਣ ਕੰਮ ਨਹੀਂ ਕਰਨਾ। ਪੱਕੀ ਇਹੀ ਗੱਲ ਹੈ ਯਾਰ, ਤੂੰ ਜਾਣ ਕੇ ਮੇਰੇ ਸਾਹਮਣੇ ਫੋਨ ਨਹੀਂ ਚੱਕਣਾ। ਲੈ ਤੂੰ ਦੇਖ ਲੈ ਕੌਣ, ਕਰ ਲੈ ਗੱਲ। ਸਫਾਈ ਛੱਡ, ਗੱਲ ਕਰ ਮੇਰੇ ਨਾਲ ਸਿੱਧੀ ਤਰ੍ਹਾਂ। ਪੁੱਛ। ਮੈਂ ਕੀ ਪੁੱਛਣਾ? ਤੂੰ ਦੱਸ, ਤੂੰ ਪੱਕਾ ਸੋਚ ਲਿਆ ਕਿ ਤੂੰ ਕੰਮ ਨਹੀਂ ਕਰਨਾ? ਪੱਕੀ ਹਾਰ ਮੰਨ ਲਈਏ? ਮੈਂ ਤੈਨੂੰ ਕਹਿ ਤਾਂ ਦਿੱਤਾ ਇੱਕ ਵਾਰ। ਮੈਨੂੰ ਨਹੀਂ ਯਕੀਨ ਤੇਰੇ ਤੇ, ਤੂੰ ਇੰਨੀ ਜਲਦੀ ਸਭ ਕੁਛ ਛੱਡ ਨਹੀਂ ਸਕਦੀ। ਮੇਰੇ ਮੂੰਹ ਤੇ ਗੱਲ ਕਰ, ਦੱਸ ਗੱਲ ਕੀ ਆ ਵਿੱਚੋਂ। ਮੈਂ ਹੁਣੇ ਦਰਵਾਜ਼ਾ ਖੁੱਲ੍ਹ ਕੇ ਆਉਂਦੀ। ਨਾ ਹੁਣ ਕੀ ਹੋਇਆ ਤੈਨੂੰ, ਫੋਨ ਕਿਉਂ ਨਹੀਂ ਚੱਕਦੀ ਪਈ? ਉਹ ਮੈਨੂੰ ਪਤਾ ਜਿਹਾ ਨਹੀਂ ਲੱਗਿਆ। ਪਤਾ ਤਾਂ ਤੈਨੂੰ ਲੱਗ ਗਿਆ ਹੋਣਾ, ਉਦਾਂ ਹੀ ਕੋਈ ਬਸ ਨਵਾਂ ਭੂਤ ਸਵਾਰ ਹੋਣਾ ਹੁਣ ਤੇਰੇ ਦਿਮਾਗ ਤੇ। ਮੈਂ ਕਿਤੇ ਜਾਣਦੀ ਨਹੀਂ ਤੈਨੂੰ। ਤੇ ਆਪ ਚੁੱਪ ਕਰਕੇ ਅੰਦਰ ਵੜੀ ਬੈਠੀ ਆ, ਤੇ ਅਸੀਂ ਇੱਥੇ ਫੋਨ ਕਰ ਕਰਕੇ ਕਮਲੇ ਹੋ ਗਏ। ਚਲੋ ਦੱਸੋ, ਕਾਹਦੇ ਲਈ ਫੋਨ ਕਰ ਰਹੇ ਸੀ? ਕਾਹਦੇ ਲਈ ਫੋਨ ਕੀਤਾ ਸੀ? ਤੁਹਾਨੂੰ ਨਹੀਂ ਪਤਾ ਇਸ ਵੇਲੇ ਅਸੀਂ ਕਿਉਂ ਫੋਨ ਕਰਦੇ ਆ ਤੁਹਾਨੂੰ? ਨਾਲੇ ਦੇਸ਼ਪੁੱਤ, ਤੂੰ ਸਾਨੂੰ ਦੱਸਿਆ ਹੀ ਨਹੀਂ ਅੱਜ ਕਿੰਨੇ ਡੱਬਿਆਂ ਦੇ ਆਰਡਰ ਆਏ ਆ। ਤੇ ਨਾਲੇ ਬਿਨਾਂ ਆਰਡਰਾਂ ਤੋਂ ਸਾਨੂੰ ਕਿੱਦਾਂ ਪਤਾ ਲੱਗੂਗਾ ਕੀ ਕੀ ਬਣਾਉਣਾ ਤੇ ਕਾਹਦੇ ਕਾਹਦੇ ਬਣਾਉਣਾ? ਤੇ ਉੱਤੋਂ ਸਮਾਂ ਹੋ ਜਾਂਦਾ, ਗਾਹਕਾਂ ਨੇ ਤਾਂ ਸਮੇਂ ਸਿਰ ਡੱਬੇ ਉਡੀਕਣੇ ਹੀ ਆ ਨਾ। ਅਸੀਂ ਕਿਸੇ ਨੂੰ ਕੋਈ ਡੱਬਾ ਨਹੀਂ ਭੇਜਣਾ। ਦੇਸ਼ਪੁੱਤ, ਇਹਦਾ ਨਾਗੇ ਨਾ ਨੀ ਸਰਨਾ, ਗਾਹਕ ਰੋਟੀ ਉਡੀਕਦੇ ਹੋਣੇ ਆ। ਨਹੀਂ ਅੰਕਲ ਜੀ, ਹੁਣ ਅਸੀਂ ਕਿਸੇ ਵੀ ਗਾਹਕ ਨੂੰ ਰੋਟੀ ਨਹੀਂ ਭੇਜਣੀ। ਗਾਹਕਾਂ ਦਾ ਕੀ ਹੈ, ਉਹ ਕਿਤੋਂ ਹੋਰ ਮੰਗਾ ਲੈਣਗੇ। ਤੈਨੂੰ ਪਤਾ ਹੈ ਤੂੰ ਕੀ ਕਹਿ ਰਹੀ ਹੈ। ਤੇ ਹੋਰ, ਇੰਨੀ ਮੁਸ਼ਕਲ ਨਾਲ ਅਸੀਂ ਬਿਜ਼ਨਸ ਸਟਾਰਟ ਕੀਤਾ, ਇੱਥੇ ਤੱਕ ਇਹਨੂੰ ਪਹੁੰਚਾਇਆ ਤੇ ਤੂੰ ਹੁਣ ਆਪ ਹੀ ਭੱਜੀ ਜਾਂਦੀ ਹੈ। ਤੇਰਾ ਗੁੱਸਾ ਜਾਇਜ਼ ਹੈ ਗਿੰਨੀ, ਤੂੰ ਤਾਂ ਪਹਿਲੇ ਦਿਨ ਤੋਂ ਹੀ ਮੇਰਾ ਬਿਜ਼ਨਸ ਚਲਾਉਣ ਲਈ ਮੇਰੀ ਬਹੁਤ ਮਦਦ ਕੀਤੀ ਹੈ, ਪਰ ਹੁਣ ਮੈਂ ਬਿਜ਼ਨਸ ਨਹੀਂ ਚਲਾ ਸਕਦੀ। ਦੇਸ਼ਪੁੱਤ, ਤੂੰ ਮੈਨੂੰ ਅੱਜ ਦੇ ਆਰਡਰ ਦੱਸ। ਆ ਤੇਰਾ ਬਿਜ਼ਨਸ ਬੰਦ ਕਰਨ ਵਾਲਾ ਡਰਾਮਾ ਮੈਂ ਪਹਿਲਾਂ ਵੀ ਦੇਖ ਚੁੱਕਾ। ਤੂੰ ਕੱਲ ਨੂੰ ਫੇਰ ਕੰਮ ਸ਼ੁਰੂ ਕਰ ਲੈਣਾ ਤੇ ਗਾਹਕਾਂ ਨੂੰ ਡੱਬੇ ਦੇਣ ਗਿਆ ਗੱਲਾਂ ਮੈਨੂੰ ਸੁਣਨੀਆਂ ਪੈਂਦੀਆਂ। ਨਹੀਂ ਅੰਕਲ ਜੀ, ਹੁਣ ਮੈਂ ਜੋ ਸੁਣਨਾ ਮੈਂ ਆਪ ਹੀ ਸੁਣ ਲਵਾਂਗੀ, ਪਰ ਮੈਂ ਬਿਜ਼ਨਸ ਪੱਕੇ ਤੌਰ ਤੇ ਬੰਦ ਕਰਨ ਦਾ ਫੈਸਲਾ ਕਰ ਲਿਆ। ਪਰ ਮੈਡਮ ਜੀ, ਤੁਹਾਨੂੰ ਪਤਾ ਵੀ ਹੈ ਕਿ ਇਸ ਬਿਜ਼ਨਸ ਨੂੰ ਬੰਦ ਕਰਨ ਨਾਲ ਤੁਹਾਡਾ ਕਿੰਨਾ ਵੱਡਾ ਨੁਕਸਾਨ ਹੋਊਗਾ। ਜੋ ਵੀ ਨੁਕਸਾਨ ਹੁੰਦਾ ਸ਼ਿਵਮ ਹੋਈ ਜਾਵੇ, ਮੈਂ ਸਹਿ ਲੂੰਗੀ ਔਖਾ ਸੌਖਾ।
ਪਰ ਹੁਣ ਬਿਜ਼ਨਸ ਕਰਨਾ ਮੇਰੇ ਵਾਸਤੇ ਦੀ ਗੱਲ ਨਹੀਂ। ਮੈਡਮ ਜੀ ਗੱਲ ਨੂੰ ਸਮਝੋ, ਹੁਣ ਤਾਂ ਤੁਹਾਡੀ ਮਿਹਨਤ ਦਾ ਮੁੱਲ ਪੈਣ ਦਾ ਸਮਾਂ ਆ ਚੁੱਕਾ ਹੈ। ਹਾਂਜੀ ਮੈਡਮ ਜੀ, ਨਾਲੇ ਹੁਣ ਸਾਡੀ ਕੰਪਨੀ ਦੇ ਵੱਡੀ ਵੱਡੀ ਕੰਪਨੀਆਂ ਦੇ ਨਾਲ ਟਾਈਪ ਹੋ ਰਹੇ ਨੇ, ਤੇ ਜੇ ਤੁਸੀਂ ਇਦਾਂ ਸਾਰਾ ਕੁਝ ਬੰਦ ਕਰ ਦੋਗੇ ਤਾਂ ਉਹਨਾਂ ਟਾਈਪ ਦਾ ਕੀ ਬਣੂਗਾ? ਮਾਇਆ ਮੈਡਮ, ਮੈਨੂੰ ਝੂਠੀ ਆਸਾਂ ਨਾ ਦਿਓ। ਮੈਨੂੰ ਪਤਾ ਹੈ ਮੇਰੇ ਬਿਜ਼ਨਸ ਵਿੱਚ ਹੁਣ ਕੁਝ ਨਹੀਂ ਬਚਿਆ। ਨਹੀਂ ਮੈਡਮ ਜੀ, ਇਦਾਂ ਦੀ ਗੱਲ ਨਹੀਂ ਹੈਗੀ। ਸਾਡੇ ਬਿਜ਼ਨਸ ਪ੍ਰਪੋਜ਼ਲਸ ਨੂੰ ਵੱਡੀਆਂ ਵੱਡੀਆਂ ਕੰਪਨੀਆਂ ਨੇ ਐਕਸੈਪਟ ਕੀਤਾ ਹੈ। ਤੇ ਉਹਨਾਂ ਨੇ ਤਾਂ ਹੀ ਕੀਤਾ ਹੋਊਗਾ ਨਾ, ਜੇ ਉਹਨਾਂ ਨੂੰ ਸਾਡੇ ਬਿਜ਼ਨਸ ਦੇ ਵਿੱਚ ਕੋਈ ਆਸ ਦਿਸੀ ਹੋਊਗੀ। ਨਾਲੇ ਪੁੱਤ, ਤੈਨੂੰ ਤਾਂ ਪਹਿਲੇ ਦਿਨ ਤੋਂ ਲੱਗਦਾ ਸੀ ਕਿ ਤੂੰ ਬਿਜ਼ਨਸ ਨਹੀਂ ਕਰ ਸਕਦੀ, ਉਹ ਫੇਰ ਵੀ ਇੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰਿਆਂ ਨੇ ਮੇਰਾ ਇੰਨਾ ਸਾਥ ਦਿੱਤਾ। ਜੇ ਤੁਸੀਂ ਸਾਰੇ ਮੇਰੇ ਨਾਲ ਨਾ ਹੁੰਦੇ ਤਾਂ ਮੇਰਾ ਬਿਜ਼ਨਸ ਇੱਥੇ ਤੱਕ ਪਹੁੰਚਣਾ ਹੀ ਨਹੀਂ ਸੀ। ਪਰ ਹੁਣ ਮੇਰੇ ਹੱਥ ਖੜੇ ਨੇ, ਮੈਂ ਹੋਰ ਨਹੀਂ ਮੱਥਾ ਮਾਰ ਸਕਦੀ ਇਸ ਕੰਮ ਨਾਲ। ਤੇ ਜਿਹੜਾ ਅਸੀਂ ਅੱਜ ਤੱਕ ਮੱਥਾ ਮਾਰਿਆ ਤੇਰੇ ਬਿਜ਼ਨਸ ਲਈ, ਉਹ ਮੈਨੂੰ ਪਤਾ ਹੈ ਗਿੰਨੀ, ਪਤਾ ਨਹੀਂ ਮੈਂ ਤੁਹਾਡੇ ਸਾਰਿਆਂ ਦਾ ਦੇਣ ਕਿਵੇਂ ਦੇਵਾਂਗੀ। ਤੁਸੀਂ ਸਾਰੇ ਮੇਰੇ ਨਾਲ ਉਦੋਂ ਖੜੇ ਰਹੇ ਜਦੋਂ ਮੈਂ ਇਕੱਲੀ ਸੀ, ਪਰ ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਬਿਜ਼ਨਸ ਕਰਨ ਲਈ ਨਹੀਂ ਬਣੀ। ਆ ਸਭ ਮੇਰੇ ਵੱਸ ਦੀ ਗੱਲ ਨਹੀਂ ਹੈ। ਮੈਡਮ ਜੀ, ਤੁਸੀਂ ਜ਼ਰਾ ਠੰਡੇ ਦਿਮਾਗ ਨਾਲ ਸੋਚੋ। ਤੁਸੀਂ ਚੰਗੇ ਭਲੇ ਚੱਲਦੇ ਹੋਏ ਬਿਜ਼ਨਸ ਨੂੰ ਬੰਦ ਕਰਨ ਦੀ ਗੱਲ ਕਰ ਰਹੇ ਹੋ। ਮੈਂ ਠੰਡੇ ਦਿਮਾਗ ਨਾਲ ਹੀ ਸੋਚ ਕੇ ਕੀਤਾ ਜੋ ਵੀ ਫੈਸਲਾ ਕੀਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨਹੀਂ ਗਿੰਨੀ, ਇਹਨੇ ਇਸ ਵੇਲੇ ਕਿਸੇ ਦੀ ਗੱਲ ਨਹੀਂ ਸੁਣੀ। ਚੱਲ ਪਰਮਿੰਦਰ ਕੌਰ, ਚੱਲੀਏ ਘਰ ਆਪਣੇ। ਓਹੋ ਹੋ, ਅੱਜ ਤਾਂ ਤੂੰ ਮੇਰਾ ਦਿਲ ਹੀ ਖੁਸ਼ ਕਰ ਦਿੱਤਾ। ਦੱਸ ਕੀ ਖਾਏਂਗੀ ਅੱਜ? ਨਾ ਮੇਰਾ ਦਿਲ ਕਰਦਾ ਵੀ ਤੈਨੂੰ ਬਾਹਰੋਂ ਕੁਛ ਮੰਗਾ ਕੇ ਖਵਾਵਾਂ। ਫਾਈਨਲੀ ਤੂੰ ਗੱਲ ਮੰਨ ਹੀ ਲਈ ਜਿਹੜੀ ਤੈਨੂੰ ਕਿੰਨੇ ਟਾਈਮ ਪਹਿਲਾਂ ਮੰਨ ਹੀ ਲੈਣੀ ਚਾਹੀਦੀ ਸੀ। ਤੈਨੂੰ ਕੀ ਲੱਗਦਾ ਸੀ ਕਿ ਤੂੰ ਇਸ ਸ਼ਹਿਰ 'ਚ ਸਲਤਨਤ ਖੜੀ ਕਰੇਂਗੀ ਤੇ ਫਿਰ ਉਸ ਸਲਤਨਤ ਦੀ ਰਾਣੀ ਬਣ ਜਾਏਂਗੀ? ਪਰ ਹੋਇਆ ਕੀ, ਬਹਿ ਗਈ ਨਾ ਸਭ ਕੁਛ ਗਵਾ ਕੇ। ਪਰ ਇੱਕ ਗੱਲ, ਹਿੰਮਤ ਬਹੁਤ ਆ ਤੇਰੇ ਵਿੱਚ। ਜੇ ਤੇਰੀ ਜਗ੍ਹਾ ਕੋਈ ਹੋਰ ਹੁੰਦੀ ਨਾ, ਕਦੀ ਇਹ ਸ਼ਹਿਰ ਛੱਡ ਕੇ ਨਾ ਪਿੰਡ ਚਲੀ ਗਈ ਹੁੰਦੀ ਤੇ ਉੱਥੇ ਜਾ ਕੇ ਆਪਣਾ ਮੂਲ ਘੋਲ ਲੈਂਦੀ। ਕੋਈ ਨੀ, ਉਹ ਦਿਨ ਵੀ ਆਊਗਾ, ਬਹੁਤ ਜਲਦੀ ਆਊਗਾ। ਇੱਕ ਕੰਮ ਤਾਂ ਕਰ, ਅੱਜ ਦੇ ਖਾਸ ਜਸ਼ਨ ਦੀ ਰੋਟੀ ਦੀ ਤਿਆਰੀ ਕਰ। ਮੈਂ ਵੀ ਤਾਂ ਦੇਖਾਂ ਕਿੰਨਾ ਕੁ ਜਾਦੂ ਆ ਤੇਰੇ ਹੱਥਾਂ ਵਿੱਚ। ਨਹੀਂ ਜੀ, ਇਹ 90 ਤੋਂ ਘੱਟ ਪੈਦਾ ਨਹੀਂ ਜੀ ਕੋਈ। ਪਰ ਬੈਂਕ ਦੇ ਕਰਜ਼ੇ ਲਈ ਪੈਸੇ ਆਣਗੇ ਕਿੱਥੋਂ ਇੰਨੇ ਘੱਟ ਸਮੇਂ 'ਚ? ਕਿਉਂਕਿ ਇਸ ਰੇੜੀ ਬਾਜ਼ਾਰ ਦੇ ਨਾਲ ਇੰਨੀ ਕਮਾਈ ਆਉਂਦੀ ਦਿਸਦੀ ਨਹੀਂ ਆ ਮੈਨੂੰ। ਤੂੰ ਪੱਕਾ ਸੋਚ ਲਿਆ ਕਿ ਤੂੰ ਕੰਮ ਨਹੀਂ ਕਰਨਾ? ਪੱਕੀ ਹਾਰ ਮੰਨ ਲਈ ਹੈ? ਹੋਰ ਕਿਸੇ ਸਬਜ਼ੀ ਦੀ ਤਾਂ ਗੱਲ ਹੀ ਕੀ ਕਰਨੀ ਹੈ, ਤੁਹਾਡੀ ਤਾਂ ਗੋਭੀ ਕਿਸੇ ਕੰਮ ਦੀ ਨਹੀਂ ਅੱਜ ਕੱਲ੍ਹ। ਭਾਜੀ ਹੁਣ ਮੈਂ ਕਿਹੜਾ ਗੋਭੀ ਘਰੇ ਬੀਜੀ ਹੈ ਜੀ, ਪਿੱਛੇ ਤੋਂ ਹੀ ਐਵੇਂ ਦੀ ਆਉਂਦੀ ਹੈ ਜੀ, ਹਾਈਬ੍ਰਿਡ ਬੀਜ ਆਉਂਦੇ ਹੈਗੇ। ਹਾਈਬ੍ਰਿਡ ਪਨੀਰੀਆਂ ਦੀ ਗੱਲ ਨਹੀਂ, ਖਾਦਾਂ ਖੁਦਾਂ ਦਵਾਈਆਂ ਹੀ ਇਹੋ ਜਿਹੀਆਂ ਪਾਉਂਦੇ ਨੇ। ਹੁਣ ਤਾਂ ਮਟਰ ਨਿਕਲਦੇ ਤਰੀ ਵਿੱਚ,
ਤੇ ਜ਼ਿਆਦਾ ਰਿੰਨੋ ਤਾਂ ਉੱਦਾਂ ਹੀ ਗੜ ਜਾਂਦੇ ਨੇ। ਇਹ ਗੱਲ ਵੀ ਤੁਹਾਡੀ ਸਹੀ ਹੈ, ਪਰ ਕੀ ਕਰੀਏ ਜੀ, ਗਾਂ ਤੋਂ ਗਾਂ ਸਬਜ਼ੀ ਭਾਜੀ ਆਉਂਦੀ ਹੋਈ ਇੱਦਾਂ ਦੀ ਹੈਗੀ। ਹੁਣ ਜਾਂ ਤਾਂ ਬਿਨਾਂ ਖਾਦਾਂ ਬਿਨਾਂ ਦਵਾਈਆਂ ਤੋਂ ਮੈਂ ਆਪ ਸਬਜ਼ੀ ਬੀਜਣੀ ਸ਼ੁਰੂ ਕਰ ਦੇਵਾਂ ਜੀ। ਉਹ ਕਰ ਲਓ ਨਾ ਤਾਂ ਚੰਗਾ ਰਹੂਗਾ। ਮੈਂ ਬੜਾ ਪਰੇਸ਼ਾਨ ਹਾਂ ਇਹਨਾਂ ਮਾੜੀਆਂ ਸਬਜ਼ੀਆਂ ਤੋਂ। ਇੱਕ ਵੇਲਾ ਹੁੰਦਾ ਸੀ ਜਦੋਂ ਮੈਂ ਛੋਟਾ ਸੀ, ਮੇਰੀ ਮਾਂ ਨੇ ਜੋ ਬਣਾ ਤਾ ਕਦੇ ਮੂੰਹੋਂ ਨਹੀਂ ਸੀ ਲੱਥਿਆ, ਅਤੇ ਹੁਣ ਇਹ ਇੰਨਾ ਕੁਝ ਪਾ ਕੇ ਵੀ ਨਾ ਉਹੋ ਜਿਹਾ ਸਵਾਦ ਹੀ ਨਹੀਂ ਆਉਂਦਾ। ਸਬਜ਼ੀਆਂ ਵਿੱਚ ਕੀ ਖਰਾਬੀ ਹੈ? ਚੰਗੀਆਂ ਪੱਲੀਆਂ ਤਾਂ ਨੇ, ਬਾਕੀ ਜਿੰਨਾ ਕੁ ਹੱਥ ਵਿੱਚ ਗੁਣ ਹੋਵੇ ਉਸ ਹਿਸਾਬ ਨਾਲ ਹੀ ਸਵਾਦ ਆਉਂਦਾ। ਹੱਥ ਦਾ ਗੁਣ ਕੀ ਮਤਲਬ ਹੈ ਤੁਹਾਡਾ ਇਹ ਕਹਿਣ ਦਾ? ਮੈਂ ਝੂਠ ਬੋਲਦਾ ਪਿਆ? ਹਾਂਜੀ ਹਾਂਜੀ, ਦੱਸੋ ਮੈਂ ਝੂਠ ਬੋਲਦਾ ਪਿਆ ਤੁਹਾਡੇ ਹਿਸਾਬ ਨਾਲ? ਮੈਨੂੰ ਰੋਟੀ ਨਹੀਂ ਆਉਂਦੀ ਬਣਾਉਣੀ। ਮੈਂ ਇੱਦਾਂ ਨਹੀਂ ਕਿਹਾ, ਮੈਂ ਤਾਂ ਸਿਰਫ ਆ ਕਹਿ ਰਹੀ ਸੀ ਕਿ ਪਕਵਾਨ ਦਾ ਸਵਾਦ ਬਣਾਉਣ ਵਾਲੇ ਦੇ ਉੱਤੇ ਨਿਰਭਰ ਕਰਦਾ। ਤੁਹਾਡੀ ਕਿਸੇ ਨੇ ਸਲਾਹ ਮੰਗੀ ਹੈ ਇੱਥੇ? ਮੈਂ ਤਾਂ ਸਰਸਰੀ ਗੱਲ ਕੀਤੀ ਹੈ। ਸਰਸਰੀ ਗੱਲ ਨਹੀਂ ਕੀਤੀ, ਤੁਸੀਂ ਆਪਣੀ ਸਿਆਣ ਪਛਾੜੀ ਹੈ। ਗੱਲ ਤਾਂ ਇੱਦਾਂ ਕੀਤੀ ਹੈ ਜਿੱਦਾਂ ਬਸ ਤੁਸੀਂ ਜਾਣਦੇ ਹੋ ਰੋਟੀ ਬਣਾਉਣਾ, ਬਾਕੀ ਤਾਂ ਸਾਰੀ ਦੁਨੀਆ ਮੂਰਖ ਹੈ ਨਾ। ਮੈਂ ਇੱਦਾਂ ਨਹੀਂ ਕਿਹਾ, ਬਸ ਹਰ ਇੱਕ ਦਾ ਆਪਣਾ ਹਿਸਾਬ ਹੁੰਦਾ। ਤੇ ਤੁਹਾਨੂੰ ਵੇਖ ਕੇ ਪਤਾ ਲੱਗਦਾ ਹੀ ਪਿਆ ਕਿ ਰਸੋਈ ਵਾਲੇ ਸਾਬਦਾਬ 'ਚ ਕਿੰਨੇ ਕੁ ਤੇਜ਼ ਹੋਵੋਗੇ ਤੁਸੀਂ। ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ, ਪਰ ਕਿਸੇ ਦੇ ਮੂੰਹੋਂ ਆਪਣੇ ਸਵਾਦ ਦੇ ਲਈ ਸਿਰ 'ਤੇ ਦੋ ਬੋਲ ਕਢਾਉਣੇ ਬੜੇ ਔਖੇ ਹੋ ਜਾਂਦੇ ਨੇ ਜਦੋਂ ਸਿਰ 'ਤੇ ਪੈਂਦੀ ਹੈ। ਠੀਕ ਕਹਿੰਦੇ ਹੋ ਤੁਸੀਂ, ਪਰ ਜੇ ਪੂਰੀ ਮਿਹਨਤ ਅਤੇ ਲਗਨ ਨਾਲ ਦਿਲ ਲਾ ਕੇ ਰੈਸਿਪੀ ਇਨ ਬਿਨ ਸਹੀ ਤਰ੍ਹਾਂ ਨਾਲ ਬਣਾਈ ਜਾਵੇ, ਇੱਦਾਂ ਹੋ ਹੀ ਨਹੀਂ ਸਕਦਾ ਕਿ ਸਾਹਮਣੇ ਵਾਲਾ ਸਿਫਤ ਨਾ ਕਰੇ। ਲੱਗ ਗਿਆ ਜੀ ਪਤਾ, ਤੁਸੀਂ ਵੀ ਉਹ ਰੈਸਿਪੀ ਦੀ ਕਿਤਾਬਾਂ ਦੀ ਨਕਲ ਕਰਨ ਵਾਲਿਆਂ 'ਚ ਹੀ ਹੋ। ਵੱਡੇ ਵੱਡੇ ਖਾਨਸਾਮੇ ਅਤੇ ਪ੍ਰਕਾਸ਼ਕ ਤੁਹਾਡੇ ਵਰਗੇ ਲੋਕਾਂ ਸਿਰੋਂ ਨਾ ਪੈਸਾ ਕਮਾਈ ਜਾਂਦੇ ਨੇ, ਪਰ ਇਕੱਲੀ ਰੈਸਿਪੀ ਦੇ ਹਿਸਾਬ ਨਾਲ ਚੀਜ਼ਾਂ ਇਕੱਠੀਆਂ ਕਰਨੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਪਕਵਾਨ ਸਵਾਦ ਹੀ ਬਣੂਗਾ। ਹਾਂਜੀ, ਪਰ ਜੇ ਹਰ ਚੀਜ਼ ਤਰੀਕੇ ਨਾਲ ਤੇ ਸਹੀ ਸਮੇਂ ਤੇ ਪਾਈ ਜਾਵੇ ਤਾਂ ਫਿਰ ਕੋਈ ਸ਼ੱਕ ਨਹੀਂ ਬਚਦਾ। ਤੇ ਸਾਰੇ ਸਮਾਨ ਦੀ ਗੁਣਵੱਤਾ ਦਾ ਕੋਈ ਮਤਲਬ ਨਹੀਂ? ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਹੈ ਜਿੱਥੋਂ ਸ਼ੁਰੂ ਹੋਈ ਸੀ। ਮਸਾਲੇ ਭਾਵੇਂ 100 ਹੋਣ, ਪਰ ਵਰਤਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਮਸਾਲਾ ਕਦੋਂ ਪਾਉਣਾ। ਬਸ ਘਰੇਲੂ ਬੀਬੀਆਂ ਦੀ ਨਾ ਇਹੀ ਗੱਲ ਮੈਨੂੰ ਭੈੜੀ ਲੱਗਦੀ ਹੈ, ਕਿਸੇ ਦੀ ਗੱਲ ਸੁਣਨੀ ਨਹੀਂ ਤੇ ਆਪ ਲਕੀਰ ਦੀਆਂ ਫਕੀਰ ਬਣੀ ਜਾਣਾ। ਐਸੇ ਕਰਕੇ ਤਾਂ ਲੋਕੀ ਸਵਾਦ ਭਾਲਣ ਲਈ ਬਾਹਰ ਜਾਂਦੇ ਨੇ ਰੋਟੀ ਖਾਣ। ਪਰ ਮੈਨੂੰ ਵੀ ਤੁਹਾਡੇ ਵਰਗੇ ਬੰਦਿਆਂ ਦੀ ਆਹੀ ਗੱਲ ਬੁਰੀ ਲੱਗਦੀ ਹੈ ਕਿ ਭਾਵੇਂ ਪਤਾ ਕੁਛ ਨਾ ਹੋਵੇ ਪਰ ਜਨਾਨੀਆਂ ਨੂੰ ਪਰਖਣ ਲੱਗ ਪੈਂਦੇ। ਚਲੋ ਮੈਂ ਤੁਹਾਨੂੰ ਪੁੱਛਦੀ ਹਾਂ, ਜੋ ਤੁਸੀਂ ਇੰਨੀ ਵੱਡੀਆਂ ਵੱਡੀਆਂ ਗੱਲਾਂ ਮਾਰ ਰਹੇ ਹੋ, ਕਦੇ ਰਸੋਈ ਵਿੱਚ ਪੈਰ ਵੀ ਰੱਖਿਆ ਤੁਸੀਂ? ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਨਾ ਤਾਂ ਇਹ ਸਵਾਲ ਕਦੇ ਨਹੀਂ ਪੁੱਛਦੇ। ਮੈਨੂੰ ਕੋਈ ਲੋੜ ਨਹੀਂ ਤੁਹਾਨੂੰ ਜਾਣਨ ਦੀ, ਮੈਨੂੰ ਬਸ ਇੰਨਾ ਪਤਾ ਕਿ ਜੇ ਤੁਸੀਂ ਮਾੜਾ ਮੋਟਾ ਵੀ ਰੋਟੀ ਬਣਾਉਣ ਬਾਰੇ ਜਾਣਦੇ ਹੁੰਦੇ ਨਾ ਤਾਂ ਇੱਥੇ ਖੜੇ ਸਬਜ਼ੀਆਂ ਨੂੰ ਨਿੰਦਣ ਦੀ ਬਜਾਏ ਹਾਂ ਸੋਚਦੇ ਕਿ ਸਬਜ਼ੀ ਸਵਾਦ ਕਿੱਦਾਂ ਬਣਾਈ ਜਾ ਸਕਦੀ। ਉੱਦਾਂ ਵੀ ਬੰਦਿਆਂ ਨੂੰ ਕੀ ਪਤਾ ਹੁੰਦਾ ਰਸੋਈ ਬਾਰੇ। ਤੁਹਾਨੂੰ ਤਾਂ ਬਸ ਡਾਇਨਿੰਗ ਟੇਬਲ ਦੇ ਉੱਤੇ ਬਹਿ ਕੇ ਰੋਟੀ ਵਿੱਚ ਨੁਕਸ ਕੱਢਣੇ ਆਉਂਦੇ। ਘਰ ਲਈ ਚੰਗੀ ਸਬਜ਼ੀ ਭਾਜੀ ਤਾਂ ਅਸੀਂ ਲਿਆਉਣੀ ਹੁੰਦੀ ਹੈ, ਖਰਾਬ ਗੋਭੀ ਵਿੱਚੋਂ ਵੀ ਸਵਾਦ ਪਕੌੜੇ ਕਿੱਦਾਂ ਕੱਢ ਸਕਦੇ ਹਾਂ ਉਹ ਸਾਨੂੰ ਹੀ ਪਤਾ ਹੁੰਦਾ। ਹੁਣ ਮੈਂ ਤੁਹਾਡੇ ਤੋਂ ਬਹਿਸ 'ਚ ਤਾਂ ਜਿੱਤ ਨਹੀਂ ਸਕਦਾ, ਜਨਾਨੀਆਂ ਦੀ ਤਾਂ ਆਦਤ ਹੀ ਹੁੰਦੀ ਹੈ ਲੜਾਈ ਨੂੰ ਲੱਸੀ ਵਾਂਗ ਵਧਾਉਣ ਦੀ। ਹਾਂ ਫਿਰ ਨਾ ਕਰੋ ਬਹਿਸ, ਮੈਂ ਵੀ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦੀ। ਮਜ਼ਾ ਤਾਂ ਆਵੇ ਜਾਂ ਤੁਸੀਂ ਆਪਣੀ ਰੋਟੀ ਬਣਾਉਣ ਦੀ ਕਲਾ ਨਾਲ ਜਨਾਨੀਆਂ ਨੂੰ ਹਰਾ ਕੇ ਵਿਖਾਓ। ਤੁਸੀਂ ਨਾ ਮੇਰੇ ਨਾਲ ਸਮਾਂ ਬੰਨੋ, ਮੈਂ ਇਹ ਵੀ ਕਰਨ ਨੂੰ ਤਿਆਰ ਹਾਂ। ਮੈਂ ਹੁਣ ਵੀ ਤਿਆਰ, ਗੱਲ ਕਰੋ ਤੁਸੀਂ ਕੀ ਬਣਾਉਣਾ ਤੇ ਕਿੱਥੇ ਬਣਾਉਣਾ।
ਇੱਥੇ ਮੇਰੀ ਦੁਕਾਨ ਮੂਹਰੇ ਖੜਾ ਨਾ ਬਣਾਓ ਜੀ। ਤੁਸੀਂ ਦੱਸੋ ਤੁਹਾਨੂੰ ਲੈਣਾ ਕੀ ਹੈ ਪਹਿਲਾਂ, ਪਹਿਲਾਂ ਮੈਂ ਤੁਹਾਨੂੰ ਤੋਰਦਾ ਜੀ। ਤੂੰ ਆਪਣੀ ਸਾਰੀ ਸਬਜ਼ੀ ਦੱਸ ਕਿੰਨੇ ਦੀ ਦੇਣੀ ਹੈ। ਸਾਰੀ ਸਬਜ਼ੀ? ਸਾਰੀ ਸਬਜ਼ੀ ਤੁਸੀਂ ਕੀ ਕਰਨੀ ਹੈ ਜੀ? ਉਹ ਮੇਰੀ ਮਰਜ਼ੀ, ਮੈਂ ਭਾਵੇਂ ਅੱਗੇ ਵੇਚ ਦੇਵਾਂ। ਪਰ ਆ ਭੈਣ ਜੀ ਨੇ ਵੀ ਤਾਂ ਕੁਛ ਲੈਣਾ ਹੋਣਾ ਨੇ ਜੀ। ਇਹ ਤਾਂ ਬਹੁਤ ਸਿਆਣੇ ਨੇ, ਇਹ ਤਾਂ ਜਿੱਥੋਂ ਮਰਜ਼ੀ ਜਿਹੋ ਜੀ ਮਰਜ਼ੀ ਸਬਜ਼ੀ ਖਰੀਦ ਕੇ ਸਵਾਦ ਬਣਾ ਲੈਣਗੇ। ਰੋਲਾ ਤਾਂ ਸਾਰਾ ਮੇਰਾ ਹੈ, ਜਿਹਨੂੰ ਵਧੀਆ ਸਬਜ਼ੀ ਦੇ ਲਈ ਘੁੰਮਣਾ ਪੈਣਾ ਹੈ। ਕੋਈ ਗੱਲ ਨਹੀਂ ਭਾਜੀ, ਤੁਸੀਂ ਇਹਨਾਂ ਨਾਲ ਹੀ ਸੌਦਾ ਕਰਨਾ। ਉੱਦਾਂ ਵੀ ਮੈਂ ਇੱਦਾਂ ਦੀ ਥਾਂ ਤੋਂ ਕੋਈ ਸਬਜ਼ੀ ਨਹੀਂ ਖਰੀਦਣੀ ਜਿੱਥੇ ਇੱਦਾਂ ਦੇ ਤੇਜ਼ ਗਾਹਕ ਆਏ। ਰਣਵੀਰ ਤੁੱਗਲ ਦੇ ਹੁਣ ਇੰਨੇ ਮਾੜੇ ਦਿਨ ਆ ਗਏ ਕਿ ਇੱਕ ਆਮ ਜਿਹੀ ਦੇਸੀ ਜਨਾਨੀ ਤੋਂ ਮੈਨੂੰ ਰੋਟੀ ਬਣਾਉਣ ਦੇ ਗੁਰ ਸਿੱਖਣੇ ਪੈਣਗੇ। ਪਤਾ ਨਹੀਂ ਕੀ ਸਮਝਦੀ ਸੀ ਆਪਣੇ ਆਪ ਨੂੰ, ਬਹਿਸ ਹੀ ਨਹੀਂ ਕਰਨੋਂ ਅੜਦੀ ਸੀ। ਮਾਫ਼ ਕਰਨਾ ਸਾਹਿਬ ਜੀ, ਗੱਲ ਕੀ ਹੋਈ ਹੈ ਤੁਸੀਂ ਇੰਨੇ ਗੁੱਸੇ 'ਚ? ਤੁਸੀਂ ਉਹ ਜਨਾਨੀ ਨਹੀਂ ਵੇਖੀ, ਉਹ ਸਬਜ਼ੀ ਵਾਲੀ ਦੁਕਾਨ 'ਤੇ ਮੇਰੇ ਮੱਥੇ ਲੱਗੀ ਸੀ, ਐਵੇਂ ਆਪਣਾ ਭਾਸ਼ਣ ਦਿਆ ਝਾੜੀ ਜਾਂਦੀ ਸੀ। ਬਹੁਤੀ ਸਿਆਣੀ ਬਣਦੀ ਸੀ ਜਿੱਦਾਂ ਪੂਰੀ ਦੁਨੀਆ 'ਚ ਉਹਦੇ ਤੋਂ ਸਵਾਦ ਰੋਟੀ ਕੋਈ ਬਣਾ ਹੀ ਨਹੀਂ ਸਕਦਾ। ਉਹ ਸਾਹਿਬ ਜੀ ਉਹਨੂੰ ਤੁਹਾਡਾ ਪਤਾ ਹੀ ਨਹੀਂ ਹੋਣਾ, ਜੇ ਉਹਨੂੰ ਪਤਾ ਹੁੰਦਾ ਕਿ ਉਹ ਕਿਹਦੇ ਨਾਲ ਗੱਲ ਕਰਦੀ ਪਈ ਹੈ, ਉਹਨੇ ਤੁਹਾਡੇ ਨਾਲ ਬਹਿਸ ਨਹੀਂ ਸੀ ਕਰਨੀ। ਸਹੀ ਗੱਲ ਹੈ, ਨਹੀਂ ਤਾਂ ਦੁੱਗਲ ਫੂਡ ਚੇਨ ਦਾ ਨਾਂ ਸੁਣਦੇ ਹੀ ਲੋਕਾਂ ਦੇ ਮੂੰਹ ਵਿੱਚ ਪਾਣੀ ਤਾਂ ਆ ਹੀ ਜਾਂਦਾ। ਮੈਨੂੰ ਤਾਂ ਲੱਗਦਾ ਕਿ ਜਿੰਨੇ ਪਕਵਾਨ ਸਾਡੀ ਫੂਡ ਚੇਨ ਬਣਾਉਂਦੀ ਹੈ ਉਨੇ ਪਕਵਾਨ ਤਾਂ ਨੇੜੇ ਤੇੜੇ ਕੋਈ ਬਣਾਉਂਦਾ ਹੀ ਨਹੀਂ ਹੋਣਾ। ਪਕਵਾਨ ਕੋਈ ਬਣਾ ਵੀ ਲਵੇ ਪਰ ਦੁੱਗਲ ਫੂਡ ਚੇਨ ਵਾਲਾ ਸਵਾਦ ਕਿੱਥੋਂ ਲਿਆਊਗਾ? ਚੰਗੇ ਸਵਾਦ ਦੇ ਲਈ ਪਤਾ ਕੀ ਜ਼ਰੂਰੀ ਹੁੰਦਾ? ਸਹੀ ਤਰੀਕਾ, ਸਹੀ ਸਬਜ਼ੀ, ਅਤੇ ਸਭ ਤੋਂ ਵੱਧ ਕੇ ਜ਼ਰੂਰੀ ਹੁੰਦਾ ਕਿ ਤੁਹਾਨੂੰ ਮੁਹੱਬਤ ਹੋਣੀ ਚਾਹੀਦੀ ਹੈ ਆਪਣੀ ਰੋਟੀ ਦੇ ਸਵਾਦ ਨਾਲ, ਜਿੱਦਾਂ ਮੇਰੀ ਮਾਂ ਨੂੰ ਹੁੰਦੀ ਸੀ। ਹਾਂਜੀ ਹਾਂਜੀ ਸਾਹਿਬ ਜੀ, ਤੁਸੀਂ ਵੀ ਤਾਂ ਉਹਨਾਂ ਕੋਲੋਂ ਹੀ ਸਿੱਖੀ ਹੈ ਰੋਟੀ ਬਣਾਉਣੀ। ਹਾਂ ਹਾਂ, ਹੋਰ ਹੁਣ ਆਮ ਬੰਦੇ ਨੂੰ ਕੀ ਪਤਾ ਕਿ ਰਾਇਤੇ ਅਤੇ ਕੋਫਤੇ ਦੇ ਵਿੱਚ ਕਿੰਨਾ ਕੱਚਾ ਅਤੇ ਕਿੰਨਾ ਪੱਕਾ ਘੀਆ ਚਾਹੀਦਾ ਹੁੰਦਾ। ਚਲੋ ਛੱਡੋ ਸਾਹਿਬ ਜੀ, ਤੁਸੀਂ ਕਿਉਂ ਆਪਣਾ ਮਨ ਖਰਾਬ ਕਰਦੇ ਹੋ? ਪਹਿਲਾਂ ਹੀ ਤੁਸੀਂ ਉਸ ਬੀਬੀ ਨਾਲ ਬਹਿਸ ਕਰਕੇ ਬਹੁਤਾ ਗੁੱਸਾ ਖਾ ਲਿਆ। ਮੈਨੂੰ ਤਾਂ ਲੱਗਦਾ ਸਾਹਿਬ ਜੀ ਉਸੇ ਚੱਕਰ 'ਚ ਤੁਸੀਂ ਸਬਜ਼ੀ ਦੀ ਸਾਰੀ ਦੁਕਾਨ ਹੀ ਖਰੀਦ ਲਈ ਹੈ। ਉਹ ਮੈਂ ਇੰਨਾ ਮੂਰਖ ਨਹੀਂ ਹੈ, ਮੈਨੂੰ ਉਹਦੇ 'ਤੇ ਗੁੱਸਾ ਜ਼ਰੂਰ ਚੜਿਆ ਸੀ ਪਰ ਮੈਂ ਸਬਜ਼ੀ ਦੀ ਦੁਕਾਨ ਉਹਦੇ ਕਰਕੇ ਨਹੀਂ ਖਰੀਦੀ, ਸਗੋਂ ਆਪਣੇ ਕੰਮ ਦੇ ਲਈ ਖਰੀਦੀ ਹੈ। ਪਰ ਸਾਹਿਬ ਜੀ ਤੁਸੀਂ ਆਪ ਇੰਨੀ ਖੇਚਲ ਕਰਦੇ ਹੀ ਕਿਉਂ? ਤੁਸੀਂ ਇਹ ਸਬਜ਼ੀ ਭਾਜੀ ਖਰੀਦਣ ਵਾਲਾ ਕੰਮ ਕਿਸੇ ਵੀ ਨੌਕਰ ਨੂੰ ਭੇਜ ਕੇ ਕਰਵਾ ਸਕਦੇ ਹੋ, ਤੁਸੀਂ ਇੰਨੇ ਬੰਦੇ ਇਸੇ ਕੰਮ ਲਈ ਤਾਂ ਰੱਖੇ ਨੇ ਸਾਹਿਬ ਜੀ। ਉਹ ਮੈਨੂੰ ਪਤਾ ਹੈ ਮੈਂ ਕੀ ਕਰ ਰਿਹਾ, ਤੁਸੀਂ ਚੁੱਪ ਕਰਕੇ ਗੱਡੀ ਚਲਾਓ। ਉਹ ਹਾਂਜੀ ਹਾਂਜੀ ਸਾਹਿਬ ਜੀ, ਮੈਂ ਤਾਂ ਸਿਰਫ ਇਹ ਦੱਸਣਾ ਸੀ ਕਿ ਇਸ ਵਾਰ ਆਪਣੇ ਪੰਜਾਬ ਦੇ ਮਾਸਟਰ ਸ਼ੈਫ ਮੁਕਾਬਲੇ ਲਈ ਬਹੁਤ ਸਾਰੇ ਲੋਕਾਂ ਨੇ ਅਪਲਾਈ ਕੀਤਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਨਾ ਕਿ ਆਪਾਂ ਕਿਸੇ ਵੀ ਜਣੇ ਖਣੇ ਨੂੰ ਉਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇਣ? ਨਹੀਂ ਜੀ ਨਹੀਂ, ਉਹ ਤੁਸੀਂ ਜਿੱਦਾਂ ਕਿਹਾ ਸੀਗਾ ਨਾ, ਮੈਂ ਉਦਾਂ ਹੀ ਸਾਰੀ ਈਮੇਲਸ ਨੂੰ ਛਾਂਟੀ ਕਰ ਰਿਹਾ। ਹਾਂ, ਸਾਨੂੰ ਸਭ ਤੋਂ ਵਧੀਆ ਖਾਣ ਸਾਮਾ ਚਾਹੀਦਾ ਹੈ ਜਿਹਦੇ ਸਵਾਦ ਦੇ ਵਿੱਚ ਕੁਝ ਖਾਸ ਹੋਵੇ, ਆਪਣਾ ਪਨ ਹੋਵੇ, ਮਿਠਾਸ ਹੋਵੇ। ਹਾਂਜੀ ਹਾਂਜੀ, ਕੋਈ ਨਾ ਜੀ, ਮਿਲ ਜੂਗਾ ਇਹੋ ਜਿਹਾ ਖਾਣ ਸਾਮਾ ਵੀ। ਲੱਭ ਤਾਂ ਜਾਊਗਾ ਪਰ ਬੜਾ ਔਖਾ ਲੱਭੂਗਾ। ਸਾਰਾ ਸ਼ਹਿਰ ਤਾਂ ਰੈਸਿਪੀ ਦੀਆਂ ਕਿਤਾਬਾਂ ਪੜ੍ਹ ਕੇ ਬਸ ਪਕਵਾਨ ਬਣਾਈ ਜਾਂਦਾ। ਲੋਕ ਘਰੇਲੂ ਜਨਾਨੀਆਂ ਨੂੰ ਸਮਝਦੇ ਕੀ ਨੇ? ਇਹਨਾਂ ਨੂੰ ਤਾਂ ਲੱਗਦਾ ਅਸੀਂ ਵਿਹਲੀਆਂ ਹੀ ਹੁੰਦੀਆਂ, 100 ਕੰਮ ਕਰਨੇ ਹੁੰਦੇ ਆ ਘਰ ਵਿੱਚ, ਪਰ ਉਹਦਾ ਤਾਂ ਮੁੱਲ ਕਿਸੇ ਦੀ ਨਿਗਾਹ ਵਿੱਚ ਨਹੀਂ। ਸਿਫਤ ਦੇ ਬੋਲ ਤਾਂ ਕੀ ਬੋਲਣੇ, ਲੋਕਾਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ
ਸਾਡੇ ਉੱਤੇ ਉਂਗਲੀ ਚੱਕਣ। ਮੈਡਮ ਜੀ, ਕਿਹਦੇ ਦੁਆਲੇ ਹੋਏ ਤੁਰੇ ਆਉਂਦੇ ਮੈਡਮ ਜੀ? ਬਾਜ਼ਾਰ 'ਚ ਮਿਲ ਗਿਆ ਸੀ ਇੱਕ ਮੂਰਖ ਜਿਹਾ, ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾ ਸੀ। ਚਲੋ ਛੱਡੋ ਉਹਨੂੰ, ਮੇਰੀ ਗੱਲ ਸੁਣੋ। ਤੁਹਾਨੂੰ ਪਤਾ ਮੈਂ ਤੁਹਾਨੂੰ ਕਿੰਨੀ ਦੇਰ ਦਾ ਉਡੀਕ ਰਿਹਾ? ਤਾਂ ਮੈਨੂੰ ਫੋਨ ਕਰ ਲੈਣਾ ਸੀ ਸ਼ਿਵਮ। ਤੁਹਾਡਾ ਫੋਨ ਹੀ ਨਹੀਂ ਲੱਗਦਾ ਪਿਆ ਸੀ। ਉਹ ਫੋਨ ਮੈਂ ਘਰ ਛੱਡ ਦਿੱਤਾ ਸੀ। ਘਰ ਛੱਡ ਗਏ ਸੀ? ਉਹ ਮੈਡਮ ਜੀ, ਕਿਸੇ ਦਾ ਫੋਨ ਆ ਜਾਂਦਾ ਹੁੰਦਾ ਹੈ। ਮੈਨੂੰ ਕਿਦਾਂ ਫੋਨ ਆਉਣਾ ਹੈ ਸ਼ਿਵਮ? ਗਾਹਕਾਂ ਦੇ ਫੋਨ ਆਉਂਦੇ ਹੁੰਦੇ ਸੀ, ਉਹਦਾ ਵੀ ਕੋਈ ਮਤਲਬ ਨਹੀਂ। ਹੁਣ ਬਿਜ਼ਨਸ ਤਾਂ ਮੈਂ ਬੰਦ ਕਰ ਹੀ ਦਿੱਤਾ। ਨਹੀਂ ਮੈਡਮ ਜੀ, ਇੱਦਾਂ ਦੀ ਗੱਲ ਨਾ ਕਹੋ। ਕਈ ਵਾਰੀ ਮੂੰਹ ਚੋਂ ਨਿਕਲੀ ਹੋਈ ਗੱਲ ਨਾ ਰੱਬ ਸੱਚ ਕਰ ਦਿੰਦਾ। ਤੇ ਮੈਂ ਕਿਹੜਾ ਝੂਠ ਬੋਲ ਰਹੀ ਹਾਂ ਸ਼ਿਵਮ? ਮੇਰੇ ਬਿਜ਼ਨਸ ਵਿੱਚ ਹੁਣ ਬੱਚਿਆ ਵੀ ਕੀ ਹੈ? ਬਹੁਤ ਕੁਝ ਬਚਿਆ ਮੈਡਮ ਜੀ, ਜੇ ਸਾਰਾ ਕੁਝ ਸਹੀ ਰਿਹਾ ਨਾ, ਬਿਜ਼ਨਸ ਉਹਨਾਂ ਬੁਲੰਦੀਆਂ ਨੂੰ ਛੂਗਾ ਜਿਹਦੇ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਣਾ। ਕੀ ਬੋਲੀ ਜਾਂਦਾ ਸ਼ਿਵਮ? ਇੱਥੇ ਮੇਰੇ ਕੋਲ ਆਰਡਰ ਪੂਰਾ ਕਰਨ ਦੇ ਵੀ ਪੈਸੇ ਨਹੀਂ ਹੈਗੇ, ਤਾਂ ਬਿਜ਼ਨਸ ਕਿਹੜੀਆਂ ਬੁਲੰਦੀਆਂ ਛੂਏਗਾ? ਪਹੁੰਚ ਜੂਗਾ ਮੈਡਮ ਜੀ, ਕਿਉਂਕਿ ਜਿਹੜੇ ਵੱਡੇ ਮੌਕੇ ਦੀ ਆਪਾਂ ਉਡੀਕ ਕਰ ਰਹੇ ਸੀ ਨਾ, ਉਹ ਸਾਨੂੰ ਹੁਣ ਮਿਲ ਚੁੱਕਾ ਹੈ। ਮੈਂ ਤੇਰੀ ਗੱਲ ਸਮਝੀ ਨਹੀਂ ਸ਼ਿਵਮ, ਕਿਹੜਾ ਮੌਕਾ ਮਿਲ ਗਿਆ? ਮੌਕਾ ਨਹੀਂ, ਚਮਤਕਾਰ ਕਹੋ, ਚਮਤਕਾਰ ਜਿਹੜੇ ਸਾਡੇ ਡੁੱਬਦੇ ਹੋਏ ਬਿਜ਼ਨਸ ਨੂੰ ਬਚਾ ਸਕਦਾ। ਮੈਡਮ ਜੀ, ਸਾਡਾ ਪੰਜਾਬੀ ਹੋਮ ਸ਼ੈਫ ਦੇ ਮੁਕਾਬਲੇ ਵਿੱਚ ਦਾਖਲਾ ਹੋ ਚੁੱਕਾ ਹੈ। ਤੁਸੀਂ ਹੁਣ ਤਿਆਰੀ ਕਸ ਲਓ ਤੇ ਆਪਣੇ ਸਭ ਤੋਂ ਵਧੀਆ ਖਾਣੇ ਨੂੰ ਨਾ ਹੁਣ ਤੁਸੀਂ ਜੱਜ ਰਣਵੀਰ ਦੁੱਗਲ ਅੱਗੇ ਪੇਸ਼ ਕਰਨਾ। ਰਣਵੀਰ ਦੁੱਗਲ? ਉਹ ਸੰਕੀ? ਹਾਂਜੀ ਮੈਡਮ ਜੀ, ਉਹੀ ਸੰਕੀ। ਪਰ ਤੁਸੀਂ ਆਹ ਨਾ ਦੇਖੋ, ਉਹ ਕਿੰਨਾ ਵੱਡਾ ਸੰਕੀ ਹੈ। ਆਹ ਦੇਖੋ ਕਿੰਨਾ ਵੱਡਾ ਖਾਨਸਾਮਾ ਹੈ। ਮੈਡਮ ਜੀ, ਉਹਨੂੰ ਮੁਹੱਬਤ ਹੈ ਚੰਗੇ ਸਵਾਦ ਨਾਲ, ਤੇ ਜਿਹੜਾ ਬੰਦਾ ਚੰਗੀ ਰੋਟੀ ਬਣਾਉਂਦਾ ਹੈ ਨਾ, ਉਹਦਾ ਮੁੱਲ ਵੀ ਬਹੁਤ ਪਾਉਂਦਾ ਉਹ। ਮੁੱਲ ਪਾਉਣ ਨੂੰ ਕਿਹੜਾ, ਉਹ ਸੋਨੇ ਨਾਲ ਤੋਲ ਦਊਗਾ ਜਿੱਤਣ ਵਾਲੇ ਨੂੰ। ਉਸ ਤੋਂ ਘੱਟ ਵੀ ਨਹੀਂ ਕਰਨਾ ਉਹਨੇ, ਕਿਉਂਕਿ ਇਨਾਮ ਜੋ ਹੈ ਇੰਨਾ ਵੱਡਾ, ਤੇ ਉਹਦੇ ਫੂਡ ਚੇਨ ਦੇ ਨਵੇਂ ਸੈਗਮੈਂਟ ਪੰਜਾਬੀ ਹੋਮ ਸ਼ੈਫ ਦੇ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲੂਗਾ ਜਿੱਤਣ ਵਾਲੇ ਨੂੰ। ਪਰ ਸ਼ਿਵਮ, ਤੂੰ ਤਾਂ ਕਹਿੰਦਾ ਸੀ ਕਿ ਦਾਖਲਾ ਮਿਲਣਾ ਬਹੁਤ ਹੀ ਔਖਾ ਇਸ ਮੁਕਾਬਲੇ ਵਿੱਚ, ਹੁਣ ਪੱਕਾ ਸਾਨੂੰ ਦਾਖਲਾ ਮਿਲ ਗਿਆ ਹੈ ਨਾ? ਹਾਂਜੀ ਮੈਡਮ ਜੀ, ਬਿਲਕੁਲ ਇੱਟ ਵਰਗਾ ਪੱਕਾ। ਮੈਨੂੰ ਪਤਾ ਸੀ ਤੁਹਾਨੂੰ ਯਕੀਨ ਨਹੀਂ ਆਏਗਾ, ਇਸ ਕਰਕੇ ਜਿਹੜੀ ਉਹਨਾਂ ਨੇ ਸਾਨੂੰ ਈਮੇਲ ਭੇਜੀ ਹੈ ਨਾ, ਉਹਦਾ ਪ੍ਰਿੰਟ ਆਊਟ ਮੈਂ ਕਢਵਾ ਲਿਆ। ਆਹ ਦੇਖੋ, ਯਾਨੀ ਕਿ ਸਾਨੂੰ ਪੱਕਾ ਦਾਖਲਾ ਮਿਲ ਗਿਆ। ਹਾਂਜੀ ਮੈਡਮ ਜੀ, ਪੱਕਾ। ਤੇ ਜਿਹੜੀ ਵੀ ਚੀਜ਼ਾਂ ਦਿਖਾਈਆਂ ਉਹ ਅਸੀਂ ਵੀ ਜਿੱਤ ਸਕਦੇ ਹਾਂ। ਹਾਂਜੀ ਹਾਂਜੀ, ਸਾਡਾ ਬਿਜ਼ਨਸ ਵੀ ਵੱਡੇ ਪੱਧਰ ਤੇ ਜਾ ਸਕਦਾ ਹੈ। ਇਸ ਪ੍ਰਿੰਟ ਨੂੰ ਦੇਖਣ ਤੋਂ ਬਾਅਦ ਵੀ ਤੁਹਾਨੂੰ ਸ਼ੱਕ ਹੋ ਰਿਹਾ? ਮੈਨੂੰ ਯਕੀਨ ਜਿਹਾ ਨਹੀਂ ਹੁੰਦਾ ਪਿਆ ਸ਼ਿਵਮ, ਪਰ ਠੀਕ ਹੈ, ਹੁਣ ਸਾਡੇ ਕੋਲ ਮੌਕਾ ਹੈ ਤੇ ਅਸੀਂ ਆਪਣਾ ਪੂਰਾ ਜ਼ੋਰ ਲਗਾ ਦੇਵਾਂਗੇ ਮੌਕੇ ਦਾ ਫਾਇਦਾ ਚੁੱਕਣ ਦਾ। ਸਾਨੂੰ ਇਹ ਮੁਕਾਬਲਾ ਕਿਸੇ ਵੀ ਕੀਮਤ ਤੇ ਜਿੱਤਣਾ ਹੀ ਪਊਗਾ। ਬਿਲਕੁਲ ਮੈਡਮ ਜੀ। ਇਹ ਦੇਸ਼ੋ ਕਿਧਰੇ ਨਜ਼ਰ ਨਹੀਂ ਆ ਰਹੀ, ਇਹ ਕਿੱਥੇ ਗਈ ਹੈ? ਆਂਟੀ ਜੀ, ਹਾਂ ਦੱਸ ਕੀ ਗੱਲ ਹੈ, ਦੇਸ਼ੋ ਕਿੱਥੇ ਆ? ਮੈਨੂੰ ਕੀ ਪਤਾ, ਉੱਦਾਂ ਤਾਂ ਮੈਂ ਹੀ ਉਹਨੂੰ ਸਬਜ਼ੀ ਲੈਣ ਲਈ ਭੇਜਿਆ ਸੀ, ਪਰ ਆਈ ਨਹੀਂ ਹਾਲੇ ਤੱਕ। ਆਈ ਹੁੰਦੀ ਤਾਂ ਇੱਥੇ ਹੀ ਹੋਣੀ ਸੀ। ਇੰਨਾ ਸਮਾਂ ਥੋੜ੍ਹੀ ਲੱਗਦਾ ਸਬਜ਼ੀ ਲਿਆਉਣ ਨੂੰ, ਤੁਹਾਨੂੰ ਕੁਝ ਦੱਸ ਕੇ ਗਈ, ਕਿਤੇ ਗਈ ਤਾਂ ਨਹੀਂ ਉਹ? ਤੂੰ ਮੈਨੂੰ ਜਾਣ ਕੇ ਇਹ ਸਭ ਕੁਝ ਪੁੱਛ ਰਹੀ ਹੈ ਨਾ? ਕੀ ਮਤਲਬ? ਮਤਲਬ ਇਹ ਕਿ ਤੂੰ ਹੀ ਤਾਂ ਦੇਸ਼ੋ ਉੱਤੇ ਪਾਬੰਦੀਆਂ ਲਾਈਆਂ ਸੀ ਜਦੋਂ ਉਹਨੂੰ ਘਰ ਵਿੱਚ ਵਾੜਿਆ ਸੀ ਕਿ ਉਹ ਕਿਸੇ ਨਾਲ ਗੱਲ ਨਹੀਂ ਕਰੂਗੀ, ਤੇ ਉਹ ਤਾਂ ਮੇਰੇ ਨਾਲ ਗੱਲ ਹੀ ਨਹੀਂ ਕਰਦੀ, ਤੇ ਫਿਰ ਮੈਨੂੰ ਕਿੱਥੋਂ ਦੱਸ ਕੇ ਜਾਊਗੀ? ਤੇ ਸਿੱਧਾ ਸਿੱਧਾ ਦੱਸ ਦੋ ਨਾ ਕਿ ਨਹੀਂ ਦੱਸ ਕੇ ਗਈ ਹੋ। ਸਿੱਧਾ ਹੀ ਤਾਂ ਦੱਸਿਆ ਮੈਂ ਤੈਨੂੰ। ਆ ਗਈ ਤੂੰ, ਇੰਨਾ ਸਮਾਂ ਕਿੱਥੇ ਲਾਈ ਹੈ?
ਬਾਜ਼ਾਰ ਗਈ ਸੀ ਸਬਜ਼ੀ ਲੈਣ। ਤੈਨੂੰ ਪਤਾ ਤਾਂ ਹੈ ਜੇ ਤੂੰ ਸਬਜ਼ੀ ਲਿਆਉਣ 'ਚ ਇੰਨਾ ਸਮਾਂ ਲਾਤਾ ਤਾਂ ਬਣਾਉਣ 'ਚ ਕਿੰਨਾ ਟਾਈਮ ਲਾਉਂਗੀ? ਤੈਨੂੰ ਮੇਰੇ ਕੰਮ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ। ਜਦੋਂ ਤੂੰ ਖਾਣੀ ਹੋਈ ਉਹ ਤੋਂ ਪਹਿਲਾਂ ਹੀ ਤੈਨੂੰ ਡਾਇਨਿੰਗ ਟੇਬਲ 'ਤੇ ਲੱਗੀ ਹੋਈ ਮਿਲੂਗੀ ਰੋਟੀ। ਅਤੇ ਜੇ ਮੈਂ ਹੁਣੇ ਹੀ ਖਾਣੀ ਹੋਵੇ ਫਿਰ? ਹੁਣੇ ਤਾਂ ਤੂੰ ਨਹਾ ਕੇ ਆਈ ਹੈ, ਅੱਧਾ ਘੰਟਾ ਤਾਂ ਤੈਨੂੰ ਵਾਲ ਸਵਾਰਨ ਨੂੰ ਹੀ ਲੱਗੂਗਾ। ਉਹ ਤੋਂ ਪਹਿਲਾਂ ਰੋਟੀ ਤਿਆਰ ਹੋ ਜਾਣੀ। ਆਹ ਸਬਜ਼ੀਆਂ ਮੈਂ ਇੱਥੇ ਹੀ ਰੱਖ ਦਿੰਦੀ ਹਾਂ, ਬਾਅਦ 'ਚ ਧੋ ਕੇ ਫਰਿੱਜ 'ਚ ਰੱਖ ਦੇਵਾਂਗੀ। ਹਲੇ ਜਿਹੜੀ ਬਣਾਉਣੀ ਹੈ ਉਹ ਲੈ ਜਾਂਦੀ। ਅੱਛਾ, ਦੇਸ਼ੋ ਮੈਨੂੰ ਇਹ ਕਾਗਜ਼ ਦਿਖਾਉਣਾ ਚਾਹੁੰਦੀ ਹੈ। ਕੀ ਬਣਾਉਣ ਲੱਗੀ ਹੈ ਤੂੰ? ਇਹ ਭਿੰਡੀਆਂ ਭੁੰਡੀਆਂ ਜੀ ਨਾ ਬਣਾਈ, ਇਹ ਤਾਂ ਮੈਨੂੰ ਬਾਏ ਕਰ ਜਾਂਦੀ ਹੈ। ਇਹ ਕੀਆ ਤਾਂ ਬਹੁਤ ਲਹਿਰਾ ਹੈ, ਇਹਦੇ ਕੋਫਤੇ ਬਹੁਤ ਵਧੀਆ ਬਣਨਗੇ। ਜੇ ਤੂੰ ਨਹੀਂ ਬਣਾਉਣੇ ਤਾਂ ਦੱਸ ਦੇ, ਮੈਂ ਬਣਾ ਲੈਂਦੀ ਹਾਂ। ਆਂਟੀ ਜੀ, ਦੇਸ਼ੋ ਆਪ ਬਣਾ ਲੂਗੀ, ਤੁਹਾਨੂੰ ਬਣਾਉਣ ਦੀ ਕੋਈ ਲੋੜ ਨਹੀਂ ਹੈ। ਉਹ ਨਹੀਂ, ਮੈਂ ਵੀ ਬਣਾ ਸਕਦੀ ਹਾਂ, ਮੈਨੂੰ ਕਿਹੜਾ ਕੁਛ ਰਿੰਨਣਾ ਪਕਾਉਣਾ ਨਹੀਂ ਆਉਂਦਾ।